ਪੈਸੇ ਕਰਕੇ ਜ਼ਮੀਰ ਵੇਚਤੀ ਆਪਦੀ? ਸ਼ਰਮ ਕਰ, ਤੂੰ ਦੀਪ ਸਿੱਧੂ ਦੀ ਭੈਣ, ਹੁਣ ਤੂੰ ਇਹੋ ਜਿਹੀਆਂ ਫਿਲਮਾਂ ਕਰੇਂਗੀ, ਕਿਹੜਾ ਪੈਸਾ? ਤੁਸੀਂ ਮੈਨੂੰ ਘਰੇ ਆ ਕੇ ਪੈਸਾ ਦੇ ਕੇ ਗਏ ਹੋ, ਤੁਹਾਨੂੰ ਪਤਾ ਕਿੰਨੇ ਪੈਸੇ ਲਏ ਨੇ ਮੈਂ ਉਸ ਫਿਲਮ ਦੇ? ਜੋ ਤੁਹਾਡੇ ਜੀ ਚ ਆਉਂਦਾ ਤੁਸੀਂ ਉਹ ਕਹਿੰਦੇ ਹੋ, ਥੋੜੀ ਜਿਹੀ ਸ਼ਰਮ ਤਾਂ ਕਰ ਲਿਆ ਕਰੋ। ਤੁਹਾਨੂੰ ਪਤਾ ਕਿ ਕੈਸੀ ਔਰਤ ਹੈ ਉਹ ਜਿਹਦਾ ਮੈਂ ਕਰੈਕਟਰ ਕੀਤਾ, ਕਿੰਨੀਆਂ ਉਹਨੇ ਔਖਾਂ ਝੱਲੀਆਂ ਹੋਣਗੀਆਂ, ਉਹਨੇ ਆਪਦੀਆਂ ਦੋ ਧੀਆਂ ਕਿਵੇਂ ਪਾਲੀਆਂ ਹੋਣਗੀਆਂ, ਤੁਸੀਂ ਜਾਣਦੇ ਹੋ? ਤੁਸੀਂ ਦੀਪ ਨੂੰ ਜਾਣਦੇ ਹੋ? ਤੁਸੀਂ ਬਿਲਕੁਲ ਵੀ ਦੀਪ ਨੂੰ ਨਹੀਂ ਜਾਣਦੇ। ਤੁਸੀਂ ਕਹਿੰਦੇ ਹੋ ਤੂੰ ਕੌਣ ਆ, ਤੂੰ ਤਾਂ ਨਹੀਂ ਜਾਣਦੀ। ਸੋਰੀ, ਮੈਂ ਦੀਪ ਦੀ ਗੱਲ ਕਰਨੀ ਨਹੀਂ ਸੀ ਚਾਹੁੰਦੀ, ਪਰ ਤੁਸੀਂ ਮਜਬੂਰ ਕਰਦੇ ਹੋ, ਕਿਉਂਕਿ ਜੇ ਤਾਂ ਅਸੀਂ ਗੱਲ ਕਰੀਏ ਤਾਂ ਤੁਸੀਂ ਕਹਿੰਦੇ ਹੋ ਤੁਸੀਂ ਵਰਤਦੇ ਹੋ, ਪਰ ਤੁਸੀਂ ਮੇਰੀ ਹਰ ਗੱਲ 'ਚ ਲੈ ਕੇ ਆਉਂਦੇ ਹੋ। ਜੇ ਮੈਂ ਵਰਤਣਾ ਹੁੰਦਾ ਨਾ ਤਾਂ ਤੁਹਾਡੇ ਵਰਗਿਆਂ ਨੂੰ ਬੁੱਧੂ ਬਣਾਉਣਾ ਨਾ ਬਹੁਤ ਸੌਖਾ ਹੈ। ਮੈਂ ਚੁੰਨੀ ਦੀ ਬੁੱਕਲ ਮਾਰ ਕੇ ਆ ਕੇ ਬਹਿ ਜਾਂਦੀ ਹਾਂ ਤੁਹਾਡੇ ਵਿੱਚ, ਫਿਰ ਤੁਹਾਨੂੰ ਮੈਂ ਬਹੁਤ ਚੰਗੀ ਲੱਗੂੰਗੀ, ਫਿਰ ਮੈਂ ਦੀਪ ਨੂੰ ਵਰਤਦੀ। ਜੇ ਮੈਂ ਆਹ ਕਰਦੀ, ਮੈਂ ਜਿਹੜਾ ਕੰਮ ਦੀਪ ਦੇ ਹੁੰਦੇ ਕਰਦੀ ਸੀ ਨਾ, ਮੈਂ ਉਹੀ ਕੰਮ ਕਰ ਰਹੀ ਹਾਂ ਆਪਦਾ ਇਸ ਵੇਲੇ ਵੀ। ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਵੀਡੀਓ ਸ਼ੁਰੂ ਕਿਵੇਂ ਕਰਾਂ, ਮਤਲਬ ਆ ਕੇ ਸਤਿ ਸ਼੍ਰੀ ਅਕਾਲ ਕਰਨ ਨੂੰ ਵੀ ਜੀ ਨਹੀਂ ਕਰਦਾ। ਸਿੱਧੀ ਗੱਲ ਮੈਂ ਸ਼ੁਰੂ ਕਰਦੀ ਹਾਂ। ਮੈਂ ਕੱਲ੍ਹ ਇੱਕ ਪੋਸਟ ਪਾਈ ਸੀ ਫਿਲਮ ਚਮਕੀਲਾ ਬਾਰੇ, ਜਿੱਤੇ ਤੁਹਾਡੇ ਜਿਹੜੇ ਕਮੈਂਟ ਨੇ ਉਹਨਾਂ ਦੀ ਝੜੀ ਲਾਤੀ ਤੁਸੀਂ। ਉਹ 'ਚ ਬਹੁਤ ਨਫ਼ਰਤ ਵਾਲੇ ਕਮੈਂਟ ਵੀ ਸੀਗੇ ਜਿਹੜੇ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਏ। ਮੈਂ ਕਦੇ ਨਹੀਂ ਸੋਚਿਆ ਸੀ ਮੈਂ ਐਂ ਲਾਈਵ ਆ ਕੇ ਤੁਹਾਡੇ ਨਾਲ ਗੱਲ ਕਰੂੰਗੀ, ਕਿਉਂਕਿ ਮੇਰੀ ਇਹ ਆਦਤ ਨਹੀਂ, ਮੇਰਾ ਇਹ ਸੁਭਾਅ ਨਹੀਂ, ਮੈਂ ਇਹੋ ਜਿਹੀ ਹੈ ਨਹੀਂ। ਪਰ ਜਦੋਂ ਬੰਦਾ ਸੱਚਾ ਹੁੰਦਾ ਉਹਨੂੰ ਆਪਦੀ ਗੱਲ ਕਹਿਣੀ ਪੈਂਦੀ ਆ, ਅਤੇ ਮੈਂ ਵੀ ਆਪਦੀ ਗੱਲ ਕਹਿਣ ਖਾਤਰ ਹੀ ਆਈ ਹਾਂ ਲਾਈਵ। ਅਤੇ ਮੈਂ ਇਹ ਜਿਹੜਾ ਲਾਈਵ ਆਈ ਹਾਂ ਬਸ ਇੱਥੇ ਹੀ ਮੈਂ ਆਪਦੀ ਗੱਲ ਕਹਿਣੀ ਹੈ। ਮੈਂ ਇਹ ਸਿਲਸਿਲਾ ਸ਼ੁਰੂ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੇਰੇ 'ਚ ਤਾਕਤ ਨਹੀਂ, ਤੁਹਾਡੇ 'ਚ ਬਹੁਤ ਤਾਕਤ ਹੈ, ਕਿਉਂਕਿ ਤੁਸੀਂ ਘਰਾਂ 'ਚ ਫੋਨ ਲੈ ਕੇ ਇਸ ਲਈ ਹੀ ਬੈਠੇ ਹੁੰਦੇ ਹੋ, ਜੋ ਮੈਨੂੰ ਲੱਗਦਾ ਕਿ ਜਿੱਥੇ ਤੁਹਾਨੂੰ ਮੌਕਾ ਮਿਲੇ ਜਾਂ ਕੁੜੀ ਨੂੰ ਜਾਂ ਕਿਸੇ ਨੂੰ, ਤੁਸੀਂ ਜੋ ਤੁਹਾਡੇ ਜੀ 'ਚ ਆਉਂਦਾ ਤੁਸੀਂ ਉਹ ਕਹਿੰਦੇ ਹੋ। ਮੈਨੂੰ ਨਾ ਕੋਈ ਕੰਟਰੋਵਰਸੀ ਕਰਨ ਦੀ ਆਦਤ ਹੈ, ਮੇਰਾ ਸੁਭਾਅ ਹੈ, ਮੈਂ ਸਿਰਫ ਆਪਦਾ ਕੰਮ ਕਰਦੀ ਹਾਂ ਅਤੇ ਆਪਦਾ ਕੰਮ ਕਰਕੇ ਆਪਦੇ ਘਰ ਵਾਪਸ ਆ ਜਾਂਦੀ ਹਾਂ। ਇਹ ਪਹਿਲੀ ਵਾਰ ਆ ਕਿ ਜਦੋਂ ਮੈਂ ਕਿਸੇ ਗੱਲ 'ਤੇ ਲਾਈਵ ਆਈ ਹਾਂ ਜਾਂ ਗੱਲ ਕਰਾਂ। ਮੈਂ ਕੋਸ਼ਿਸ਼ ਕਰ ਰਹੀ ਸੀ ਪਹਿਲਾਂ ਮੈਂ ਵੀਡੀਓ ਬਣਾ ਲਾਂ, ਫਿਰ ਮੈਂ ਕਿਹਾ ਨਹੀਂ ਵੀਡੀਓ ਨਹੀਂ ਬਣਾਉਂਦੀ, ਡਾਇਰੈਕਟ ਹੀ ਗੱਲ ਕਰਦੀ ਹਾਂ। ਪਰ ਇੱਥੇ ਹੁਣ ਮੈਨੂੰ ਤੁਸੀਂ, ਮੈਂ ਚਾਹੁੰਦੀ ਨਹੀਂ ਕਿ ਤੁਸੀਂ ਸਾਰੇ ਮੈਨੂੰ ਇੱਥੇ ਕਮੈਂਟ ਕਰੋ, ਕਿਉਂਕਿ ਮੈਂ ਤੁਹਾਡਾ ਕੋਈ ਕਮੈਂਟ ਨਹੀਂ ਪੜ੍ਹਨਾ ਅੱਜ। ਮੈਂ ਆਪਦੀ ਗੱਲ ਕਹਿਣ ਆਈ ਹਾਂ ਅਤੇ ਮੈਂ ਆਪਦੀ ਗੱਲ ਕਹਿ ਕੇ ਚਲੀ ਜਾਊਂਗੀ। ਤੁਹਾਡਾ ਜੀ ਕਰਦਾ ਤੁਸੀਂ ਸੁਣ ਲਓ, ਤੁਹਾਡਾ ਨਹੀਂ ਜੀ ਕਰਦਾ ਤੁਸੀਂ ਨਾ ਸੁਣੋ। ਕੋਈ ਜ਼ੋਰ ਜ਼ਬਰਦਸਤੀ ਨਹੀਂ ਤੁਹਾਡੇ 'ਤੇ,
ਕਿਉਂਕਿ ਮੈਂ ਆ ਕੇ ਤੁਹਾਡੇ ਕਮੈਂਟਾਂ 'ਚ ਮੇਰੇ 'ਚ ਓਨੀ ਤਾਕਤ ਨਹੀਂ, ਮੈਨੂੰ ਨਹੀਂ ਆਉਂਦਾ ਇਹੋ ਜਿਹਾ ਕੁਛ, ਮੈਂ ਕਦੇ ਕੀਤਾ ਨਹੀਂ। ਸੋ ਮੈਨੂੰ ਕੋਈ ਕੁਐਸਚਨ ਨਾ ਪੁੱਛਿਆ ਜਾਵੇ, ਕੋਈ ਕਮੈਂਟ ਨਾ ਕੀਤਾ ਜਾਵੇ। ਜਿਵੇਂ ਤੁਹਾਡੇ 'ਚ ਕਹਿਣ ਦੀ ਹਿੰਮਤ ਹੈ ਤਾਂ ਮੇਰੀਆਂ ਗੱਲਾਂ ਵੀ ਸੁਣਨ ਦੀ ਥੋੜ੍ਹੀ ਜਿਹੀ ਹਿੰਮਤ ਤੁਸੀਂ ਕਰ ਲਓ। ਪਹਿਲੀ ਗੱਲ, ਮੈਂ ਇੱਕ ਐਕਟਰੈਸ ਹਾਂ। ਮੈਂ ਜਦ ਵੇਲੇ ਛੋਟੀ ਜਿਹੀ ਸੀ ਨਾ, ਮੈਂ ਉਸ ਵੇਲੇ ਹੀ ਸੋਚਿਆ ਸੀ ਵੀ ਮੈਂ ਐਕਟਰੈਸ ਬਣਨਾ, ਅਤੇ ਮੈਂ ਬਣ ਗਈ। ਵਾਹਿਗੁਰੂ ਨੇ ਮੇਰੀ ਸੁਣੀ, ਮੈਨੂੰ ਨਹੀਂ ਪਤਾ ਕਿਉਂ ਸੁਣੀ। ਮੇਰੀ ਖੌਰੇ ਮੇਰੀ ਸ਼ਿੱਦਤ ਹੀ ਇੰਨੀ ਸੀ ਕਿ ਪਰਮਾਤਮਾ ਨੇ ਮੈਨੂੰ ਬਣਾ ਤਾ, ਕਿਉਂਕਿ ਇਹ ਬਹੁਤ ਇੰਪੋਸੀਬਲ ਗੱਲ ਸੀ ਮੇਰੇ ਵਰਗੀ ਕੁੜੀ ਦਾ ਉਸ ਘਰ 'ਚੋਂ ਉੱਠ ਕੇ ਆ ਕੇ ਐਕਟਰੈਸ ਬਣਨਾ, ਨਾਮੁਮਕਿਨ। ਟੀਵੀ ਤੱਕ ਨਹੀਂ ਸੀ ਦੇਖਣ ਦਿੱਤਾ ਜਾਂਦਾ ਮੇਰੇ ਘਰੇ, ਪਰ ਮੈਂ ਐਕਟਰੈਸ ਬਣਨਾ ਚਾਹੁੰਦੀ ਸੀ। ਮੇਰੇ ਅੰਦਰ ਭੁੱਖ ਸੀ ਅਤੇ ਮੈਂ ਉਹ ਕੰਮ ਕੀਤਾ। ਪਰ ਤੁਹਾਡੀ ਪ੍ਰੋਬਲਮ ਇਹ ਹੈ, ਮੈਂ ਸਾਰਿਆਂ ਨੂੰ ਨਹੀਂ ਕਹਿ ਰਹੀ। ਮੇਰੀ ਪੋਸਟ ਦੇ ਉੱਤੇ ਕਮੈਂਟ ਦੇਖ ਲਓ, ਬਹੁਤ ਸਾਰੇ ਕਮੈਂਟ ਆਏ ਆ ਤੁਹਾਡੇ, ਮੇਰੇ ਇੰਸਟਾਗ੍ਰਾਮ 'ਤੇ ਵੀ, ਮੇਰੇ ਫੇਸਬੁੱਕ ਪੇਜ 'ਤੇ ਵੀ। ਇਹ ਸਿਰਫ ਉਹਨਾਂ ਲਈ ਹੈ ਜਿਨ੍ਹਾਂ ਨੇ ਉਸ ਤਰ੍ਹਾਂ ਦੇ ਕਮੈਂਟ ਕੀਤੇ ਆ, ਮੈਂ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇਣ ਨੂੰ ਆਈ ਹਾਂ ਇਸ ਵੇਲੇ। ਜਿਹੜਾ ਵੀ ਐਕਟਰ ਹੁੰਦਾ ਨਾ, ਉਹਦਾ ਸੁਪਨਾ ਹੁੰਦਾ, ਉਹਦੇ ਅੰਦਰ ਭੁੱਖ ਹੁੰਦੀ ਹੈ ਕੰਮ ਕਰਨ ਦੀ ਭੁੱਖ। ਮੇਰੇ ਅੰਦਰ ਬਹੁਤ ਹੈ ਚੰਗਾ ਕੰਮ ਕਰਨ ਦੀ ਭੁੱਖ ਆ ਮੇਰੇ ਅੰਦਰ। ਜਿਹੜੇ ਵੀ ਐਕਟਰ ਐਕਟਰੈਸਿਸ ਨੇ, ਇਮਤਿਆਜ਼ ਸਰ ਦੀਆਂ ਬਹੁਤ ਫਿਲਮਾਂ ਨੇ, ਉਹ ਬਹੁਤ ਵੱਡੇ ਡਾਇਰੈਕਟਰ ਨੇ, ਕੋਈ ਆਮ ਡਾਇਰੈਕਟਰ ਨਹੀਂ ਗੇ ਉਹ। ਅਸੀਂ ਫੈਨ ਆ ਉਹਨਾਂ ਦੇ, ਹਾਈਵੇ, ਤਮਾਸ਼ਾ, ਲਵ ਅੱਜ ਕੱਲ, ਕਮਾਲ ਦੀਆਂ ਫਿਲਮਾਂ, ਰੌਕ ਸਟਾਰ। ਸੁਪਨਾ ਹੁੰਦਾ ਅਤੇ ਉਹਨਾਂ ਦਾ ਤੁਹਾਨੂੰ ਚੁਣ ਲੈਣਾ ਕਿਸੇ ਪ੍ਰੋਜੈਕਟ ਲਈ, ਉਹ ਪ੍ਰਾਪਤੀ ਹੈ ਮੇਰੀ ਐਜ਼ ਏ ਐਕਟਰੈਸ। ਮੇਰੇ ਲਈ ਉਹ ਐਵਾਰਡ ਆ ਜਿਹੜਾ ਮੈਨੂੰ ਮਿਲਿਆ, ਪਰਮਾਤਮਾ ਨੇ ਮੇਰੀ ਝੋਲੀ ਪਾਇਆ। ਇਸ ਮੇਰੇ ਜ਼ਿੰਦਗੀ ਦੇ ਇਸ ਮੋੜ 'ਤੇ ਮੈਨੂੰ ਤੁਹਾਡੀ ਹੌਸਲਾ ਅਫਜ਼ਾਈ ਚਾਹੀਦੀ ਸੀ, ਨਾ ਕਿ ਤੁਹਾਡੇ ਮਿਹਣੇ ਜਿਹੜੇ ਤੁਸੀਂ ਮੈਨੂੰ ਦਿੱਤੇ ਪੈਸੇ ਕਰਕੇ। ਜ਼ਮੀਰ ਵੇਚਤੀ ਆਪਦੀ, ਸ਼ਰਮ ਕਰ ਤੂੰ ਦੀਪ ਸਿੱਧੂ ਦੀ ਭੈਣ, ਹੁਣ ਤੂੰ ਇਹੋ ਜਿਹੀਆਂ ਫਿਲਮਾਂ ਕਰੇਂਗੀ, ਕਿਹੜਾ ਪੈਸਾ? ਤੁਸੀਂ ਮੈਨੂੰ ਘਰੇ ਆ ਕੇ ਪੈਸਾ ਦੇ ਕੇ ਗਏ ਹੋ, ਤੁਹਾਨੂੰ ਪਤਾ ਕਿੰਨੇ ਪੈਸੇ ਲਏ ਨੇ ਮੈਂ ਉਸ ਫਿਲਮ ਦੇ? ਜੋ ਤੁਹਾਡੇ ਜੀਅ 'ਚ ਆਉਂਦਾ ਤੁਸੀਂ ਉਹ ਕਹਿੰਦੇ ਹੋ, ਥੋੜ੍ਹੀ ਜਿਹੀ ਸ਼ਰਮ ਤਾਂ ਕਰ ਲਿਆ ਕਰੋ।
ਜੇ ਮੈਂ ਕੋਈ ਕਰੈਕਟਰ ਕੀਤਾ ਮੈਂ ਕੋਈ ਸੋਚ ਸਮਝ ਕੇ ਕੀਤਾ ਹੋਊਗਾ। ਤੁਹਾਨੂੰ ਪਤਾ ਕਿ ਕੈਸੀ ਔਰਤ ਹੈ ਉਹ ਜਿਹਦਾ ਮੈਂ ਕਰੈਕਟਰ ਕੀਤਾ, ਕਿੰਨੀਆਂ ਉਹਨੇ ਔਖਾਂ ਝੱਲੀਆਂ ਹੋਣਗੀਆਂ, ਉਹਨੇ ਆਪਦੀਆਂ ਦੋ ਧੀਆਂ ਕਿਵੇਂ ਪਾਲੀਆਂ ਹੋਣਗੀਆਂ ਤੁਸੀਂ ਜਾਣਦੇ ਹੋ? ਤੁਸੀਂ ਦੀਪ ਨੂੰ ਜਾਣਦੇ ਹੋ? ਤੁਸੀਂ ਬਿਲਕੁਲ ਵੀ ਦੀਪ ਨੂੰ ਨਹੀਂ ਜਾਣਦੇ। ਹਾਂ ਪਰ ਤੁਸੀਂ ਠੇਕੇਦਾਰ ਜ਼ਰੂਰ ਬਣ ਕੇ ਬਹਿ ਗਏ। ਤੁਸੀਂ ਕਹਿੰਦੇ ਹੋ ਤੂੰ ਕੌਣ ਆ, ਤੂੰ ਤਾਂ ਨਹੀਂ ਜਾਣਦੀ। ਸੌਰੀ ਮੈਂ ਦੀਪ ਦੀ ਗੱਲ ਕਰਨੀ ਨਹੀਂ ਸੀ ਚਾਹੁੰਦੀ, ਪਰ ਤੁਸੀਂ ਮਜਬੂਰ ਕਰਦੇ ਹੋ, ਕਿਉਂਕਿ ਜੇ ਤਾਂ ਅਸੀਂ ਗੱਲ ਕਰੀਏ ਤਾਂ ਤੁਸੀਂ ਕਹਿੰਦੇ ਹੋ ਤੁਸੀਂ ਵਰਤਦੇ ਹੋ, ਪਰ ਤੁਸੀਂ ਮੇਰੀ ਹਰ ਗੱਲ 'ਚ ਲੈ ਕੇ ਆਉਂਦੇ ਹੋ। ਜੇ ਮੈਂ ਵਰਤਣਾ ਹੁੰਦਾ ਨਾ ਤਾਂ ਤੁਹਾਡੇ ਵਰਗਿਆਂ ਨੂੰ ਬੁੱਧੂ ਬਣਾਉਣਾ ਨਾ ਬਹੁਤ ਸੌਖਾ ਹੈ। ਮੈਂ ਚੁੰਨੀ ਦੀ ਬੁੱਕਲ ਮਾਰ ਕੇ ਆ ਕੇ ਬਹਿ ਜਾਂਦੀ ਹਾਂ ਤੁਹਾਡੇ ਵਿੱਚ, ਫਿਰ ਤੁਹਾਨੂੰ ਮੈਂ ਬਹੁਤ ਚੰਗੀ ਲੱਗੂੰਗੀ, ਫਿਰ ਮੈਂ ਦੀਪ ਨੂੰ ਵਰਤਦੀ। ਜੇ ਮੈਂ ਆਹ ਕਰਦੀ, ਮੈਂ ਜਿਹੜਾ ਕੰਮ ਦੀਪ ਦੇ ਹੁੰਦੇ ਕਰਦੀ ਸੀ ਨਾ, ਮੈਂ ਉਹੀ ਕੰਮ ਕਰ ਰਹੀ ਹਾਂ ਆਪਦਾ ਇਸ ਵੇਲੇ ਵੀ। ਉਹ ਮੇਰੀ ਭੁੱਖ ਹੈ, ਮੇਰੀ ਖੁਰਾਕ ਹੈ, ਮੇਰਾ ਕੰਮ। ਮੈਂ ਉਹਨੂੰ ਨੇਮ ਫੇਮ ਖਾਤਰ ਨਹੀਂ ਕਰਦੀ, ਮੈਂ ਉਹਨੂੰ ਇਸ ਖਾਤਰ ਕਰਦੀ ਹਾਂ ਕਿ ਜੇ ਮੈਂ ਉਹ ਨਾ ਕੀਤਾ, ਸੌਰੀ ਤੁਹਾਨੂੰ ਤਾਂ ਕੁਛ ਵੀ ਨਾਟਕ ਲੱਗ ਸਕਦਾ, ਮੈਨੂੰ ਜਿਸ ਵੇਲੇ ਕੰਮ ਨਹੀਂ ਨਾ ਮਿਲਦਾ, ਮੈਂ ਪੈਸੇ ਲਈ ਨਹੀਂ ਔਖੀ ਹੁੰਦੀ, ਮੈਂ ਕੰਮ ਲਈ ਔਖੀ ਹੁੰਦੀ ਹਾਂ। ਮੈਨੂੰ ਕੰਮ ਚਾਹੀਦਾ ਆਪਦੇ ਆਪ ਨੂੰ ਸੈਟਿਸਫੈਕਸ਼ਨ ਦੇਣ ਖਾਤਰ, ਮੈਨੂੰ ਕੰਮ ਚਾਹੀਦਾ। ਇਹਨਾਂ ਦਾ ਕੀ ਆ, ਇਹ ਤਾਂ ਪੈਸੇ ਦੇ ਮਿੱਤ ਨੇ। ਕਿਹੜੇ ਪੈਸੇ ਦਿੱਤੇ ਆ ਤੁਸੀਂ ਮੈਨੂੰ, ਕਿਹੜੇ ਤੁਹਾਨੂੰ ਪਤਾ ਕਿ ਮੈਂ ਲੈ ਲਏ? ਮੈਂ ਤੁਹਾਡੇ ਤੋਂ ਵੈਲੀਡੇਸ਼ਨ ਲਊਂਗੀ। ਹੁਣ ਦੀਪ ਨੂੰ ਆਪਦਾ ਭਰਾ ਨਾ ਕਹੀ, ਮੈਂ ਤੁਹਾਡੇ ਤੋਂ ਲੈਣੀ ਹੈ ਵੈਲੀਡੇਸ਼ਨ, ਤੇ ਤੁਸੀਂ ਕਹੋਗੇ ਤੇ ਮੈਂ ਮੰਨ ਜੂੰਗੀ। ਨਾ ਮੈਂ ਇਹੋ ਜਿਹੀ ਕੁੜੀ ਹਾਂ ਕਿ ਮੈਂ ਇਹੋ ਜਿਹੀਆਂ ਗੱਲਾਂ 'ਤੇ ਲਾਈਵ ਆ ਕੇ ਬੋਲਾਂ, ਨਾ ਮੈਂ ਜਿਹੜੀ ਭਾਸ਼ਾ ਇਸ ਵੇਲੇ ਵਰਤ ਰਹੀ ਹਾਂ, ਨਾ ਮੈਂ ਇਸ ਟੋਨ 'ਚ ਇਸ ਲਹਿਜੇ 'ਚ ਕਦੇ ਲਾਈਵ ਆਈ ਹਾਂ, ਪਰ ਤੁਸੀਂ ਮਜਬੂਰ ਕੀਤਾ, ਬਹੁਤ ਜ਼ਿਆਦਾ ਮਜਬੂਰ ਕੀਤਾ ਤੁਸੀਂ। ਜਗਦੀਪ ਹੁੰਦਾ ਉਹਨੇ ਬਹੁਤ ਦੁਖੀ ਹੋਣਾ ਸੀ, ਤੁਹਾਨੂੰ ਜ਼ਿਆਦਾ ਪਤਾ, ਮੇਰੇ ਤੋਂ ਵੱਧ ਪਤਾ ਤੁਹਾਨੂੰ। ਦੀਪ ਨੇ ਹਮੇਸ਼ਾ ਮੇਰਾ ਹੌਸਲਾ ਵਧਾਇਆ, 7 ਸਾਲ ਅਸੀਂ ਇਕੱਠੇ ਰਹੇ ਹਾਂ, ਮੈਂ ਮੁੰਬਈ ਵੀ ਰਹੀ ਹਾਂ। ਤੁਹਾਨੂੰ ਪਤਾ ਤੁਸੀਂ ਤਾਂ ਮੈਨੂੰ ਮਤਲਬ ਐਂ ਬਣਾ ਕੇ ਧਰਤਾ, ਤੁਹਾਨੂੰ ਪਤਾ ਕਿ ਦੀਪ ਤਾਂ ਮੈਨੂੰ ਵੈਸਟਰਨ ਕੱਪੜਿਆਂ 'ਚ ਵੀ ਐਪਰੀਸ਼ੀਏਟ ਕਰਦਾ ਸੀ, ਉਹ ਤੁਹਾਡੇ ਵਰਗਾ ਸੀ? ਉਹ ਐਪਰੀਸ਼ੀਏਟ ਕਰਦਾ ਸੀ, ਉਹਨੂੰ ਲੱਗਦਾ ਸੀ ਕਿ ਅੱਗੇ ਵਧੋ, ਕੰਮ ਕਰੋ, ਤੁਸੀਂ ਸਿਰਫ ਉਸ ਦੀਪ ਨੂੰ ਜਾਣਦੇ ਹੋ ਜਿਹੜਾ 1.5 ਸਾਲ ਤੁਹਾਡੇ 'ਚ ਰਹਿ ਕੇ ਗਿਆ, ਕਿਸਾਨ ਧਰਨੇ 'ਤੇ ਰਿਹਾ।
ਮੈਂ ਦੂਜੇ ਦੀਪ ਨੂੰ ਵੀ ਜਾਣਦੀ ਹਾਂ। ਤੁਸੀਂ ਕਹਿੰਦੇ ਹੋ ਨਾ ਵੀ ਦੀਪ ਹੁੰਦਾ ਦੁਖੀ ਹੁੰਦਾ, ਮੈਂ ਕਹਿੰਦੀ ਹਾਂ ਕਿ ਕਾਸ਼ ਦੀਪ ਹੁੰਦਾ। ਉਹਨੂੰ ਲੱਗ ਜਾਂਦਾ ਪਤਾ, ਫਿਰ ਤੁਹਾਨੂੰ ਪਤਾ ਲੱਗਦਾ ਕਿ ਉਹ ਕੀ ਕਰਦਾ। ਕਿਸੇ ਫਿਲਮ 'ਚ ਕੰਮ ਕਰਨਾ, ਤੁਸੀਂ ਜਾਣਦੇ ਹੋ ਕਿ ਇਹ ਕਿੰਨਾ ਵੱਡਾ ਅਤੇ ਲੰਬਾ, ਇਹ ਬਹੁਤ ਲੰਬਾ ਪ੍ਰੋਸੈਸ ਹੁੰਦਾ। ਇਹ ਕੀ 2-4 ਮਹੀਨਿਆਂ ਦੀ ਗੱਲ ਨਹੀਂ ਹੈਗੀ। ਜਿਸ ਵੇਲੇ ਮੈਨੂੰ ਇਹ ਫੋਨ ਆਇਆ ਸੀ ਕਿ ਉਹ ਮੈਨੂੰ ਕੰਸਿਡਰ ਕਰ ਰਹੇ ਨੇ, ਮੈਂ ਆਡੀਸ਼ਨ ਭੇਜਣੇ ਆ, ਉਸ ਵੇਲੇ ਦੀਪ ਸੀਗਾ। ਤੁਸੀਂ ਮੈਨੂੰ ਮਜਬੂਰ ਕੀਤਾ ਇਹ ਕਹਿਣ 'ਤੇ। ਹਾਂ, ਮੇਰੀ ਸਿਲੈਕਸ਼ਨ ਨਹੀਂ ਸੀ ਹੋਈ, ਪਰ ਮੈਨੂੰ ਕਾਲ ਆ ਗਈ ਸੀ, ਇਹ ਮੈਂ ਜ਼ਰੂਰ ਦੱਸਿਆ ਸੀ ਦੀਪ ਨੂੰ, ਉਹ ਬਹੁਤ ਖੁਸ਼ ਸੀ। ਕਾਸ਼ ਦੀਪ ਹੁੰਦਾ ਜਿਸ ਵੇਲੇ ਮੈਂ ਫਿਲਮ ਕਰ ਲਈ, ਜਿਸ ਵੇਲੇ ਮੇਰੀ ਸਿਲੈਕਸ਼ਨ ਪੱਕੀ ਹੋ ਗਈ, ਮੈਨੂੰ ਪਤਾ ਲੱਗ ਗਿਆ ਕਿ ਹਾਂ ਮੈਂ ਗੁਰਮੇਲ ਕੌਰ ਦਾ ਕਰੈਕਟਰ ਕਰ ਰਹੀ ਹਾਂ। ਤੁਹਾਨੂੰ ਕੁਛ ਵੀ ਨਹੀਂ ਪਤਾ ਹੁੰਦਾ, ਤੁਸੀਂ ਲੱਗ ਜਾਂਦੇ ਹੋ ਤੁਸੀਂ ਲਿਖਣ, ਨਾ ਤੁਸੀਂ ਭਾਸ਼ਾ ਦੇਖਦੇ ਹੋ ਕੀ ਬੋਲਣਾ। ਦੀਪ ਤਾਂ ਦੁਸ਼ਮਣਾਂ ਨੂੰ ਨਹੀਂ ਸੀ ਐਂ ਬੋਲਦਾ ਜਿਵੇਂ ਤੁਸੀਂ ਮੈਨੂੰ ਬੋਲਦੇ ਹੋ। ਊ ਮਿਲਦੇ ਹੋ ਤੁਸੀਂ ਹੱਥ ਜੋੜ ਕੇ ਖੜੇ ਹੋ ਜਾਂਦੇ ਹੋ, ਫੇਸਬੁੱਕ 'ਤੇ ਤਾਂ ਤੁਹਾਡਾ ਜੀ ਕਰਦਾ ਵੀ ਹਾਂ ਆਹ ਮੌਕਾ ਮਿਲ ਗਿਆ, ਇਹਨੇ ਆਹ ਫਿਲਮ ਕੀਤੀ। ਜੀ ਕਰਦਾ ਤੁਸੀਂ ਦਿਲਜੀਤ ਨੂੰ ਵੀ ਬੋਲਣ ਲੱਗ ਜਾਂਦੇ ਹੋ। ਜਿਸ ਗੱਲ ਦਾ ਤੁਹਾਨੂੰ ਪਤਾ ਨਹੀਂ, ਜਿਹੜਾ ਐਕਟਰ ਹੁੰਦਾ ਨਾ ਐਕਟਰ, ਇਹ ਉਹਦਾ ਕੰਮ ਆ, ਇਹ ਸਾਡਾ ਧਰਮ ਹੈ। ਐਪਰੀਸ਼ੀਏਟ ਕਰਨਾ ਸਿੱਖੋ। ਹੋਰ ਵੀ ਕੁੜੀਆਂ ਨੇ ਕੀਤਾ ਉੱਥੇ, ਤਾਂ ਉੱਥੇ ਤਾਂ ਹੌਸਲਾ ਅਫਜ਼ਾਈ ਹੋ ਰਹੀ ਹੈ ਉਹਨਾਂ ਦੀ, ਤਾਂ ਮੇਰੇ ਨਾਲ ਤੁਹਾਨੂੰ ਦਿੱਕਤ ਕੀ ਆ ਕਿ ਮੈਂ ਕੰਮ ਨਾ ਕਰਾਂ? ਮੈਂ ਕੰਮ ਨਹੀਂ ਕਰੂੰਗੀ, ਮੇਰਾ ਘਰ ਕਿਵੇਂ ਚੱਲੂਗਾ? ਥੋੜ੍ਹਾ ਜਿਹਾ ਤਾਂ ਸੋਚ ਲਿਆ ਕਰੋ ਬੋਲਣ ਲੱਗੇ। ਕਿੰਨਾ ਕੁ ਕੰਮ ਮਿਲਦਾ ਮੈਨੂੰ ਪੰਜਾਬ 'ਚ? ਮੈਨੂੰ 15 ਹੋ ਗਏ ਹੁਣ ਇਸ ਫੀਲਡ ਦੇ ਵਿੱਚ, ਅਤੇ ਜੇ ਮੈਂ ਗਿਣਨ ਬੈਠਾ ਨਾ, ਮੈਂ 15 'ਚ ਸਿਰਫ 15 ਫਿਲਮਾਂ ਕੀਤੀਆਂ ਹੋਣਗੀਆਂ ਬਸ। ਉਹਦੇ ਬਾਵਜੂਦ ਵੀ ਮੈਂ ਤੁਹਾਡੀਆਂ ਗੱਲਾਂ ਸੁਣਦੀ ਹਾਂ। ਐਡੇ ਹੀ ਤੁਸੀਂ ਸਿਆਣੇ ਹੋ, ਮੈਨੂੰ ਇਕੱਲੀ ਨੂੰ ਹੀ ਕਿਉਂ ਕਹਿੰਦੇ ਹੋ ਫਿਰ? ਤੁਹਾਨੂੰ ਜੇ ਹੌਸਲਾ ਅਫਜ਼ਾਈ ਕਰਨੀ ਆਉਂਦੀ ਹੈ ਤਾਂ ਮੇਰੀ ਵੀ ਕਰੋ। ਕਿ ਮੇਰਾ ਹੱਕ ਨਹੀਂ, ਇੰਨੇ ਸਾਲਾਂ ਦੀ ਮੈਂ ਤੁਰੀ ਫਿਰਦੀ ਹਾਂ, ਕਿ ਮੇਰਾ ਹੱਕ ਨਹੀਂ ਮੈਂ ਕੋਈ ਚੰਗਾ ਕੰਮ ਕਰਾਂ? ਮੇਰਾ ਕੰਮ ਤੁਹਾਡੇ ਕਿਉਂ ਨਹੀਂ ਹਜ਼ਮ ਆਉਂਦਾ ਬਈ? ਤੁਹਾਨੂੰ ਪਤਾ ਵੀ ਮੈਂ ਕਿੰਨੀ ਡਿਸਟਰਬ ਹਾਂ? ਤੁਹਾਨੂੰ ਪਤਾ ਦੀਪ ਤੋਂ ਬਾਅਦ ਜ਼ਿੰਦਗੀ ਮੇਰੀ ਕਿਵੇਂ ਚੱਲ ਰਹੀ ਹੈ? ਤੁਸੀਂ ਜਾਣਦੇ ਹੋ ਜੇ ਕਿਸੇ ਵੇਲੇ ਬੰਦਾ ਕੋਈ ਪੋਸਟ ਪਾ ਦਿੰਦਾ ਤਾਂ ਤੁਹਾਨੂੰ ਲੱਗਦਾ ਤੂੰ ਵਰਤਦੀ ਹੈ,
ਇਹਨੇ ਬੜਾ ਫੇਮ ਲਿਆ ਦੀਪ ਦੇ ਨਾਂ ਤੇ, ਇਹਨੇ ਬੜੇ ਪੈਸੇ ਕਮਾਏ ਦੀਪ ਦੇ ਨਾਂ ਤੇ। ਆ ਮੇਰੀ ਲਾਈਫ ਨੂੰ ਵੀ ਤੁਸੀਂ ਐਂ ਕਹੋਗੇ, ਮੈਂ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ ਤੁਹਾਨੂੰ। ਪਰ ਮੈਂ ਆਈ, ਮੈਂ ਡਰਦੀ ਨਹੀਂ ਤੁਹਾਡੇ ਤੋਂ। ਮੈਂ ਇਹੀ ਕੰਮ ਕਰਨਾ, ਮੈਂ ਇਹੀ ਕੰਮ ਕਰਨ ਖਾਤਰ ਪੈਦਾ ਹੋਈ ਹਾਂ, ਮੈਂ ਇਹੀ ਕੰਮ ਕਰਦੀ ਰਹੂੰਗੀ। ਤੁਸੀਂ ਲਾ ਲਓ ਜ਼ੋਰ, ਹੋਰ ਕਮੈਂਟ ਕਰ ਦਿਓ ਤੁਸੀਂ ਮੇਰੇ। ਤੁਹਾਨੂੰ ਕਿਹਨੇ ਕਿਹਾ ਵੀ ਤੂੰ ਦੀਪ ਦੀ ਭੈਣ ਨੀ? ਤੁਹਾਡੇ ਕਹੇ ਹਟ ਜੂੰਗੀ ਮੈਂ? ਦੀਪ ਨੂੰ ਆਪਦਾ ਭਰਾ ਨਾ ਕਿਹਾ ਕਰ ਕਿਉਂ ਬਈ? ਤੁਸੀਂ ਕੌਣ ਹੋ? ਜਦੋਂ ਦੀਪ ਹੀ ਕਹਿ ਗਿਆ, ਤੁਸੀਂ ਕੌਣ ਹੋ? ਤੁਸੀਂ ਇੰਨੇ ਜ਼ਿਆਦੇ ਬੁਰੇ ਹੋ ਨਾ, ਦੀਪ ਨਾਲ ਕਿਹੜਾ ਤੁਸੀਂ ਘੱਟ ਕੀਤੀਆਂ ਨੇ? ਜਿਸ ਵੇਲੇ ਦੀਪ ਜਿਉਂਦਾ ਸੀ, ਇਹ ਬੀਜੇਪੀ ਦਾ ਬੰਦਾ, ਐ ਕਿਵੇਂ ਹੋ ਸਕਦਾ? ਇਹ ਰਲਿਆ ਵਿਆ, ਗਾਲਾਂ, ਕੀ ਕੁਛ ਨਹੀਂ ਹੋਇਆ ਉਹਦੇ ਨਾਲ। ਤੁਸੀਂ ਜਿਉਂਦੇ ਜੀ ਉਹਨੂੰ ਵੀ ਰਵਾਇਆ। ਤੁਹਾਡੀ ਆਦਤ ਬਣ ਗਈ ਕਿ ਜਿਸ ਵੇਲੇ ਜਦੋਂ ਬੰਦਾ ਨਾ ਰਹੇ ਨਾ ਇਸ ਦੁਨੀਆਂ 'ਤੇ, ਉਦੋਂ ਉਹਦੇ ਪੱਖ ਦੀ ਗੱਲ ਕਰੋ ਬਸ, ਉਦੋਂ ਉਹਨੂੰ ਰੋ ਵੀ ਲਓ, ਉਦੋਂ ਉਹਨੂੰ ਤੁਸੀਂ ਭਾਵੇਂ ਰੱਬ ਬਣਾ ਦਿਓ, ਪਰ ਜਿਸ ਵੇਲੇ ਉਹਨੂੰ ਤੁਹਾਡੀ ਲੋੜ ਹੈ ਉਸ ਵੇਲੇ ਤੁਸੀਂ ਨਹੀਂ ਖੜਦੇ। ਤੁਹਾਡੀ ਫਿਤਰਤ 'ਚ ਹੀ ਨਹੀਂ। ਮੈਂ ਇਹ ਲਾਈਵ ਇਸ ਕਰਕੇ ਨਹੀਂ ਆਈ ਵੀ ਮੈਨੂੰ ਤੁਹਾਡਾ ਸਾਥ ਚਾਹੀਦਾ। ਕਿਰਪਾ ਕਰਕੇ ਮੈਨੂੰ ਨਾ ਦਿਓ ਆਪਦਾ ਸਾਥ, ਮੈਨੂੰ ਨਹੀਂ ਚਾਹੀਦਾ ਤੁਹਾਡਾ ਸਾਥ। ਪਰਮਾਤਮਾ ਦਾ ਹੱਥ ਮੇਰੇ ਸਿਰ 'ਤੇ ਹੈ, ਕਿਉਂਕਿ ਮੈਂ ਇਸ ਦੁਨੀਆਂ 'ਚ ਸਰਵਾਈਵ ਕਰ ਰਹੀ ਹਾਂ, ਤਾਂ ਇਸ ਕਰਕੇ ਹੀ ਕਰ ਰਹੀ ਹਾਂ ਕਿਉਂਕਿ ਰੱਬ ਦਾ ਹੱਥ ਮੇਰੇ ਸਿਰ 'ਤੇ ਹੈ। ਤੁਹਾਡੀਆਂ ਗੱਲਾਂ ਨਹੀਂ ਮੈਂ ਸੁਣਨੀਆਂ, ਕਿਰਪਾ ਕਰਕੇ ਮੈਨੂੰ ਮਾਫ਼ ਕਰੋ। ਤੁਹਾਨੂੰ ਮੈਂ ਨਹੀਂ ਪਸੰਦ, ਤੁਸੀਂ ਮੇਰਾ ਪੇਜ ਅਨਫੋਲੋ ਕਰ ਦਿਓ, ਤੁਸੀਂ ਮੈਨੂੰ ਨਾ ਦੇਖੋ। ਪਰ ਮੈਂ ਤੁਹਾਡੇ ਤੋਂ ਨਹੀਂ ਡਰਦੀ, ਮੈਂ ਐਂ ਕੰਮ ਕਰਨਾ। ਤੁਸੀਂ ਕੌਣ ਹੁੰਦੇ ਹੋ ਵੀ ਮੈਨੂੰ ਤੁਸੀਂ ਰੋਕ ਲਓਗੇ? ਪਹਿਲਾਂ ਮੇਰਾ ਜੀ ਕਰਦਾ ਸੀ ਨਾ ਮੈਂ ਤੁਹਾਡੇ ਕਮੈਂਟਸ ਮੈਂ ਲਿਖਾਂ ਅਤੇ ਮੈਂ ਇਕੱਲੇ ਇਕੱਲੇ ਦੇ ਪੜ੍ਹਾਂ ਤੁਹਾਡੀ ਉਹ ਭਾਸ਼ਾ, ਤੁਹਾਡੀਆਂ ਉਹ ਗੱਲਾਂ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆਪਦੇ ਆਪ 'ਤੇ ਵੀ ਅਸੀਂ ਕੀ ਲਿਖਦੇ ਹਾਂ। ਕੱਲ੍ਹ ਨੂੰ ਜੇ ਮੰਨ ਲਓ ਮੈਂ ਬਹੁਤ ਦਲੇਰ ਹਾਂ, ਮੈਂ ਇਹੋ ਜਿਹਾ ਕੁਛ ਨਹੀਂ ਕਰਦੀ, ਪਹਿਲੀ ਗੱਲ, ਇਨ ਕੇਸ ਮੇਰੇ ਵਰਗੀ ਕੁੜੀ ਕੁਛ ਕਰ ਜਾਂਦੀ ਹੈ ਤੁਹਾਡੇ ਇਸ ਚੱਕਰ 'ਚ, ਤੁਸੀਂ ਬਾਅਦ 'ਚ ਨਾ ਤੁਸੀਂ ਪੋਸਟਾਂ ਪਾ ਪਾ ਕੇ ਭਰ ਦੂੰਗੇ, ਫੇਸਬੁੱਕਾਂ ਤੁਸੀਂ ਕਾਲੀਆਂ ਕਰ ਦੂੰਗੇ, ਆਹ ਉਹਦੀ ਫਿਲਮ, ਉਦੋਂ ਬਾਅਦ ਤੁਸੀਂ ਸੁਪਰ ਹੀਰੋ ਮੈਨੂੰ ਬਣਾ ਦੇਣਾ ਸਟਾਰ। ਜਿਸ ਵੇਲੇ ਮੈਨੂੰ ਲੋੜ ਹੈ ਨਾ ਉਸ ਵੇਲੇ ਨਾਲ ਨਾ ਖੜਿਓ, ਤੁਹਾਡੇ ਸੁਭਾਅ 'ਚ ਹੀ ਨਹੀਂ, ਤੁਸੀਂ ਕਰ ਹੀ ਨਹੀਂ ਸਕਦੇ, ਤੁਸੀਂ ਮਜਬੂਰ ਹੋ। ਮੈਨੂੰ ਹਾਸਾ ਆਉਂਦਾ ਤੁਹਾਡੇ 'ਤੇ, ਤਰਸ ਆਉਂਦਾ ਮੈਨੂੰ ਤੁਹਾਡੇ 'ਤੇ।
ਬੜੇ ਤੁਸੀਂ ਸਿਆਣੇ ਹੋ। ਜੇ ਦੀਪ ਹੁੰਦਾ ਫਿਰ ਉਹਨੇ ਦੇਖਣਾ ਸੀ ਤੂੰ ਕੀ ਕਰਦੀ ਹੈ। ਕਾਸ਼ ਦੀਪ ਹੁੰਦਾ। ਆ ਜਿਹੜਾ ਕੁਛ ਤੁਸੀਂ ਕਰਦੇ ਹੋ ਨਾ, ਇਹ ਨਹੀਂ ਸੀ ਕਰਦੇ ਹੋਣਾ ਤੁਸੀਂ। ਤੁਸੀਂ ਜਿਵੇਂ ਉਸ ਵੇਲੇ ਦੀਪ ਦਾ ਸਾਥ ਨਹੀਂ ਦਿੱਤਾ, ਪਤਾ ਨਹੀਂ ਤੁਸੀਂ ਅੱਜ ਵੀ ਕੀ ਕਰ ਰਹੇ ਹੁੰਦੇ ਉਹਦੇ ਨਾਲ ਜੇ ਉਹ ਹੁੰਦਾ। ਕਿੰਨਾ ਕੁ ਮੈਨੂੰ ਕੰਮ ਮਿਲਦਾ ਪੰਜਾਬੀ ਇੰਡਸਟਰੀ 'ਚ, ਇੱਕ ਦੋ ਖਾਸ ਡਾਇਰੈਕਟਰਸ ਨੂੰ ਛੱਡ ਕੇ ਮੈਨੂੰ ਕੋਈ ਕੰਮ ਨਹੀਂ ਦਿੰਦਾ ਪੰਜਾਬੀ ਇੰਡਸਟਰੀ 'ਚ। ਤੇ ਤੁਸੀਂ ਕੀ ਚਾਹੁੰਦੇ ਹੋ ਵੀ ਮੈਂ ਜਿਹੜਾ ਕੰਮ ਕਰਦੀ ਹਾਂ ਉਹ ਵੀ ਮੈਂ ਛੱਡ ਦਿਆਂ? ਕਿਉਂ ਛੱਡ ਦਿਆਂ ਬਈ, ਕਿਸ ਗੱਲੋਂ? ਪੈਸਾ, ਪੈਸੇ ਪਿੱਛੇ? ਮੈਂ ਆਪਦੇ ਲਈ ਕੰਮ ਕਰਦੀ ਹਾਂ, ਪੈਸੇ ਲਈ ਕੰਮ ਮੈਂ ਨਹੀਂ ਕਰਦੀ। ਕੀ ਮੇਰਾ ਤੁਸੀਂ ਐਸਾ ਲਾਈਫ ਸਟਾਈਲ ਦੇਖ ਲਿਆ, ਕੀ ਦੇਖ ਲਿਆ ਕਿ ਮੇਰੇ ਕੋਲ ਕਿੰਨੇ ਕੁ ਪੈਸੇ ਨੇ, ਕਿੰਨੇ ਕੁ ਪੈਸੇ ਮੈਂ ਲੈ ਲਏ ਹੋਣਗੇ? ਜੋ ਤੁਹਾਡੇ ਮੂੰਹ 'ਚ ਆਉਂਦਾ ਤੁਸੀਂ ਉਹ ਬੋਲੀ ਜਾਂਦੇ ਹੋ, ਆਦਤ ਬਣ ਗਈ ਤੁਹਾਡੀ। ਮੈਂ ਸ਼ੁਰੂ 'ਚ ਹੀ ਇਹ ਗੱਲ ਕਹੀ ਸੀ ਕਿ ਮੈਂ ਇਹ ਸਿਲਸਿਲਾ ਨਹੀਂ ਸ਼ੁਰੂ ਕਰਨਾ ਚਾਹੁੰਦੀ। ਮੈਂ ਇਹ ਗੱਲ ਇੱਕੋ ਹੀ ਵਾਰੀ ਕਰਨੀ ਸੀ ਅਤੇ ਮੈਂ ਕਰਤੀ। ਤੁਸੀਂ ਚਮਕੀਲੇ ਲਈ ਵੀ ਬੋਲੀ ਜਾਂਦੇ ਹੋ, ਅੱਜ ਵੀ ਸਭ ਤੋਂ ਵੱਧ ਸੁਣਿਆ ਜਾਂਦਾ ਚਮਕੀਲਾ। ਉਹ ਤੇ ਫਿਲਮ ਕਿਉਂ ਬਣਾਈ ਹੈ ਜੀ, ਉਹ 'ਚ ਤੁਸੀਂ ਕੰਮ ਕਿਉਂ ਕੀਤਾ? ਉਹ ਤਾਂ ਗੰਦੇ ਗਾਣੇ ਗਾਉਂਦਾ ਸੀ। ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਫਿਲਮ ਕੀਤੀ ਹੈ, ਪਰ ਮੈਨੂੰ ਨਹੀਂ ਪਤਾ ਕਿਹੜੇ ਗੰਦੇ ਗਾਣੇ ਸੀ। ਤੁਸੀਂ ਜਿਹੜੇ ਮੈਨੂੰ ਬੋਲ ਰਹੇ ਤੁਹਾਨੂੰ ਜ਼ਰੂਰ ਪਤਾ, ਕਿਉਂਕਿ ਤੁਸੀਂ ਸੁਣਦੇ ਵੀ ਹੋ, ਤੁਸੀਂ ਸੁਣਦੇ ਹੋ। ਮੈਨੂੰ ਨਹੀਂ ਪਤਾ ਕਿਹੜੇ ਗੰਦੇ ਗਾਣੇ ਸੀ, ਮੈਂ ਨਹੀਂ ਸੁਣੇ, ਮੈਂ ਚਮਕੀਲਾ ਨਹੀਂ ਸੁਣਿਆ। ਇੱਕ ਦੋ ਹਿੱਟ ਗਾਣੇ ਜਿਹੜੇ ਮੈਨੂੰ ਪਤਾ ਨੇ ਬਸ। ਸ਼ਰਮ ਹੀ ਨਹੀਂ ਆਉਂਦੀ ਤੁਹਾਨੂੰ? ਕਿਸੇ ਦੀ ਮਦਦ ਨਹੀਂ ਕਰ ਸਕਦੇ, ਕਿਸੇ ਨੂੰ ਤੰਗ ਤਾਂ ਨਾ ਕਰੋ। ਮੈਂ ਕਿਸੇ ਦਾ ਕੋਈ ਜਵਾਬ ਨਹੀਂ ਦੇਣਾ। ਮੈਂ ਤੁਹਾਨੂੰ ਕਿਹਾ ਮੈਨੂੰ ਇੱਥੇ ਥੱਲੇ ਕਮੈਂਟਸ ਨਾ ਕਰੋ, ਮੈਂ ਤੁਹਾਡੀਆਂ ਗੱਲਾਂ ਸੁਣਨ ਨਹੀਂ ਆਈ, ਮੈਂ ਆਪਦੀਆਂ ਕਹਿਣ ਆਈ ਹਾਂ। ਕਿਉਂਕਿ ਤੁਹਾਡਾ ਤਾਂ ਜਦੋਂ ਜੀ ਕਰੂਗਾ ਤੁਸੀਂ ਤਾਂ ਫਿਰ ਲਿਖ ਦੇਣਾ ਆ ਕੇ, ਮੈਂ ਜਾਣਦੀ ਹਾਂ ਤੁਹਾਡੀ ਫਿਤਰਤ ਆ। ਹਟਣਾ ਤੁਸੀਂ ਨਹੀਂ ਇਸ ਤੋਂ ਬਾਅਦ ਵੀ, ਇਹ 'ਚ ਵੀ ਤੁਸੀਂ ਗੱਲਾਂ ਕੱਢ ਲਿਆਓਗੇ ਮੇਰੀਆਂ, ਕੋਈ ਨਾ ਕੋਈ ਤੁਸੀਂ ਕੱਢ ਕੇ ਤੁਸੀਂ ਕਰ ਹੀ ਦੇਣਾ ਜੋ ਤੁਸੀਂ ਕਰਨਾ। ਪਰ ਮੈਂ ਇੱਕ ਵਾਰੀ ਕਹਿਣਾ ਚਾਹੁੰਦੀ ਸੀ, ਬਸ ਇਹੀ ਕਹਿਣਾ ਚਾਹੂੰਗੀ, ਮੈਨੂੰ ਮਾਫ ਕਰੋ। ਮੈਂ ਦੀਪ ਦੀ ਭੈਣ ਹਾਂ ਜਾਂ ਨਹੀਂ, ਤੁਸੀਂ ਇਸ ਗੱਲ ਤੋਂ ਕੀ ਲੈਣਾ, ਮੈਂ ਮੰਨਾ ਜਾਂ ਮੈਂ ਨਾ ਮੰਨਾ, ਤੁਸੀਂ ਕੀ ਲੈਣਾ? ਤੁਹਾਡੇ ਕਹੇ ਤਾਂ ਨਹੀਂ ਬਦਲਦਾ ਕੁਛ ਵੀ।
ਤੁਹਾਡੇ ਕਹੇ ਕੁਛ ਬਦਲ ਜੂਗਾ ਤਾਂ ਮੈਨੂੰ ਦੱਸ ਦਿਓ, ਮੈਂ ਤਾਂ ਨਹੀਂ ਬਦਲਦੀ। ਮੈਂ ਕੰਮ ਵੀ ਐਂ ਕਰੂੰਗੀ, ਐਂ ਕਰਕੇ ਤੁਹਾਨੂੰ ਦਿਖਾਉਂਗੀ। ਦੀਪ ਨੂੰ ਵੀ ਮੈਂ ਐਂ ਯਾਦ ਕਰੂੰਗੀ। ਉਹ ਮੇਰਾ ਭਰਾ ਹੈ, ਸੀ, ਰਹੂਗਾ। ਤੁਹਾਡੇ ਤੋਂ ਨਹੀਂ ਮੈਂ ਕੋਈ ਇੱਥੇ ਲਿਖਤੀ ਸਰਟੀਫਿਕੇਟ ਲੈਣਾ ਕਿ ਤੂੰ ਕਹਿ ਜਾਂ ਤੂੰ ਨਾ ਕਹਿ। ਤੁਸੀਂ ਆਪਦਾ ਦੇਖੋ। ਬਸ ਮੈਂ ਇੰਨੀ ਕੀ ਗੱਲ ਕਰਨੀ ਸੀ, ਕਿਉਂਕਿ ਇਹ ਗੱਲਾਂ ਤਾਂ ਮੈਂ ਜਿੰਨੀਆਂ ਮਰਜ਼ੀ ਕਰੀ ਜਾਵਾਂ, ਜਿੰਨਾ ਮੇਰੇ ਅੰਦਰ ਗੁੱਸਾ, ਉਹ ਮੁੱਕਦੀਆਂ ਨਹੀਂ, ਕਿਉਂਕਿ ਤੁਸੀਂ ਬਹੁਤ ਜ਼ਿਆਦਾ ਤੰਗ ਕੀਤਾ। ਪਰ ਮੈਂ ਚਾਹੂੰਗੀ ਕਿ ਸਾਡਾ ਕੋਈ ਮੀਡੀਆ ਜਾਂ ਸਾਡੇ ਕੋਈ ਐਕਟਰਸ ਜਿਹੜੇ ਤੁਹਾਨੂੰ ਸਮਝਾ ਸਕਣ ਕਿ ਭਾਈ ਇੱਕ ਐਕਟਰ ਕੀ ਹੁੰਦਾ। ਪਰ ਇਹ ਕਿਸੇ ਨੇ ਨਹੀਂ ਕਰਨਾ, ਪੰਜਾਬ 'ਚ ਤਾਂ ਕਿਸੇ ਨੂੰ ਆਦਤ ਹੈ ਹੀ ਨਹੀਂ ਕਿ ਕੋਈ ਕਿਸੇ ਲਈ ਬੋਲੇ। ਮੇਰੀ ਫਿਲਮ ਆਊਗੀ, ਤੁਸੀਂ ਦੇਖਣੀ ਆ, ਤੁਸੀਂ ਦੇਖੋ। ਜੇ ਤੁਹਾਡਾ ਨਹੀਂ ਜੀ ਕਰਦਾ ਤੁਸੀਂ ਨਾ ਦੇਖੋ। ਮੇਰੀ ਫੇਸਬੁੱਕ ਪੇਜ ਤੋਂ ਤੁਸੀਂ ਚਲੇ ਜਾਓ, ਤੁਹਾਨੂੰ ਮੈਂ ਨਹੀਂ ਚੰਗੀ ਲੱਗਦੀ। ਕਿਰਪਾ ਕਰਕੇ ਆਪਦੀ ਆ ਜਿਹੜੀ ਨਫ਼ਰਤ ਭਰੀ ਤੁਹਾਡੀ ਭਾਸ਼ਾ, ਇਹ ਲੈ ਕੇ ਤਾਂ ਮੇਰੇ ਪੇਜ 'ਤੇ ਨਾ ਆਓ। ਓਕੇ, ਬਸ ਹੋਰ ਮੈਂ ਕੁਛ ਨਹੀਂ ਕਹਿਣਾ।